11 ਮਹੀਨਿਆਂ ਚ 40 ਕਿਲੋ ਬਹੁਤ ਹੈ ਚਾਹੁੰਦੇ ਆ ਵੀ ਹੋਰ ਘਟਾ ਲਈਏ ਵੀ 25 ਕਿਲੋ ਘਟਾ ਲਓ ਤੁਸੀਂ ਐ ਕਰੋ ਵੀ ਅੱਧੀ ਚਪਾਤੀ ਨਾ ਚੂਰ ਲਿਆ ਕਰੋ ਦਾਲ ਦੀ ਕੌਲੀ ਵੱਡੀ ਲੈ ਕੇ ਨਾ ਡੂੰਗਾ ਜਿਹਾ ਉਹ ਚ ਅੱਧੀ ਰੋਟੀ ਚੂਰ ਲਿਆ ਕਰੋ ਠੀਕ ਹੈ ਕਿਉਂਕਿ ਹੁਣ ਜੇ 40 ਕਿਲੋ ਘਟਿਆ 11 ਮਹੀਨਿਆਂ ਚ ਤਾਂ ਘੱਟੋ ਘੱਟ 2 ਕਿਲੋ ਦੁੱਧ ਚਾਹੀਦਾ ਸੀ ਹਰ ਰੋਜ਼ ਲੱਸੀ ਕਿੰਨੀ ਹੋ ਜਾਂਦੀ ਹੈ ਲੱਸੀ 2 ਗਲਾਸ ਵੀ ਲੈ ਲੈਂਦੀ ਆ ਕਈ ਵਾਰ ਬਿਲਕੁਲ ਹੀ ਰਹਿ ਜਾਂਦੀ ਹੈ ਜੀ ਸਿੱਧਾ ਜਿਹਾ ਫਾਰਮੂਲਾ 4 ਗਲਾਸ ਜਿਹੜੇ ਆ ਲੱਸੀ ਦੇ ਜਿਹੜਾ 200 ਐਮਐਲ ਦਾ ਗਲਾਸ ਹੁੰਦਾ ਆਮ ਜਿਹੜਾ ਕੱਚ ਦਾ ਗਲਾਸ ਆਪਣਾ 4 ਗਲਾਸ ਲੱਸੀ ਦੇ ਦਵਾਈ ਸਮਝ ਕੇ ਲੈਣੇ ਆ ਵਿੱਚ ਨਮਕ ਪਾ ਕੇ ਤੇ 2 ਕੌਲੀਆਂ ਦਹੀਂ ਦੀਆਂ ਲੈਣੀਆਂ ਇਹ ਮਤਲਬ ਤੁਹਾਡੀ ਇਕੱਲਿਆਂ ਦੀ ਨਹੀਂ ਵੈਸੇ ਵੀ ਸਾਰਿਆਂ ਦੀ ਆਪਣੀ ਲੋੜ ਆ ਇਹਦੇ ਵਿੱਚ ਐਕਚੁਅਲੀ ਕੀ ਹੈ 1500 ਮਿਲੀਗ੍ਰਾਮ ਕੈਲਸ਼ੀਅਮ ਚਾਹੀਦਾ ਆਪਣੀ ਬਾਡੀ ਨੂੰ ਹਰ ਰੋਜ਼ ਜਿਹੜਾ ਕਿ 1.5 ਕਿਲੋ ਦੁੱਧ ਦੇ ਵਿੱਚ ਹੈ ਜਾਂ ਦੁੱਧ ਤੋਂ ਬਣੀ ਕੋਈ ਵੀ ਚੀਜ਼ ਈਵਨ ਲੱਸੀ ਜਿਹੜੀ ਆ ਦਹੀਂ ਤੋਂ ਜਿਹੜੀ ਬਣਾਉਂਦੇ ਹਾਂ ਆਪਾਂ ਉਹ ਦੁੱਧ ਨਾਲੋਂ ਵੀ ਬੈਟਰ ਆ ਕਿਉਂਕਿ ਦੁੱਧ 'ਚ ਤਾਂ ਫੈਟ ਵੀ ਹੈ ਉਹ 'ਚ ਫੈਟ ਘੱਟ ਹੈ ਦੁੱਧ ਦੇ ਵਿੱਚ ਮਿੱਠਾ ਵੀ ਹੁੰਦਾ ਜਿਹੜਾ ਕੁਦਰਤੀ ਮਿੱਠਾ ਜਿਹਨੂੰ ਲੈਕਟੋਜ਼ ਕਹਿੰਦੇ ਆ ਜਿਹੜਾ ਦਹੀਂ ਦੀ ਲੱਸੀ ਆ ਦਹੀਂ 'ਚ ਬੈਕਟੀਰੀਆ ਹੁੰਦਾ ਲੈਕਟੋਬੈਸੀਲਸ ਉਹ ਖਾ ਜਾਂਦਾ ਉਹਨੂੰ ਮਿੱਠੇ ਨੂੰ ਸੋ ਜਿਹੜੀ ਦਹੀਂ ਦੀ ਲੱਸੀ ਬਣਨੀ ਆ ਉਹ 'ਚ ਲੈਕਟੋਜ਼ ਬਹੁਤ ਘੱਟ ਹੁੰਦਾ ਦੁੱਧ ਨਾਲ ਲੱਸੀ ਬੈਟਰ ਡਾਈਜੈਸਟ ਹੁੰਦੀ ਹੈ ਕਿਉਂਕਿ ਲੱਸੀ ਦੇ ਵਿੱਚ ਲੈਕਟੋਜ਼ ਨਹੀਂ ਹੈ ਮੇਨ ਫਰਕ ਇਹੀ ਆ ਲੱਸੀ ਦੇ ਵਿੱਚ ਇਕੱਲਾ ਕੈਲਸ਼ੀਅਮ ਨਹੀਂ ਫਿਰ ਨਾਲ ਪ੍ਰੋਟੀਨ ਵੀ ਹੈ ਪ੍ਰੋਟੀਨ ਵੀ ਤਾਂ ਤੁਹਾਨੂੰ 80 ਗ੍ਰਾਮ ਚਾਹੀਦਾ ਲੱਸੀ ਦੇ ਵਿੱਚ ਪ੍ਰੋਟੀਨ ਵੀ ਵਧੀਆ ਜਿਹੜਾ 1 ਗਲਾਸ ਲੱਸੀ ਦਾ 200 ਐਮ ਐਲ ਦਾ ਇਹਦੇ 13.5 ਗ੍ਰਾਮ ਪ੍ਰੋਟੀਨ ਹੈ ਸੋ ਜੇ 4 ਗਲਾਸ ਪੀ ਲਏ ਤਾਂ 53.54 ਗ੍ਰਾਮ ਪ੍ਰੋਟੀਨ ਤਾਂ 4 ਗਲਾਸ ਲੱਸੀ 'ਚੋਂ ਚਲਾ ਗਿਆ ਇਸ ਤੋਂ ਇਲਾਵਾ ਬਾਕੀ ਜੋ ਮਰਜ਼ੀ ਖਾ ਲਓ ਤੁਸੀਂ ਜਿਵੇਂ ਸਬਜ਼ੀ ਕਿਹੜੀ ਖਾਣੀ ਹੈ ਜਾਂ ਮੱਖਣ ਪਾਉਣਾ ਨਹੀਂ ਪਾਉਣਾ ਕੋਈ ਬਹੁਤਾ ਫਰਕ ਨਹੀਂ ਥੋੜ੍ਹਾ ਬਹੁਤਾ ਪਾ ਲਓ ਮੱਖਣ ਵੀ ਕਿਉਂਕਿ ਬਾਈਪਾਸ ਕੀਤਾ ਹੋਇਆ ਉਹ ਚੱਲ ਜਾਂਦਾ